ਤੇ ਇਹ ਜਿਹੜਾ ਅਖਬਾਰ ਆ ਪਹਿਲਾਂ ਵਾਲਾ ਉਹ ਮੈਂ ਚੱਕ ਦੂੰਗੀ ਇਹ ਬਹੁਤ ਖਰਾਬ ਜਾ ਹੋਇਆ ਪਿਆ ਸੀਗਾ ਤੇ ਚੱਕੇ ਨੂੰ ਮੈਂ ਪਾਸੀ ਕਰਤਾ ਤੇ ਫੇਰ ਮੈਂ ਆਹ ਗਿੱਲਾ ਕੱਪੜਾ ਕਰਕੇ ਪੂਰੀ ਪੱਟੀ ਨੂੰ ਸਾਫ਼ ਕਰਿਆ ਸਮਾਰ ਕੇ ਕਿਉਂਕਿ ਦਿਵਾਲੀ ਵੇਲੇ ਮਿੱਥੋ ਚੰਗੀ ਤਰ੍ਹਾਂ ਹੋਈ ਨਹੀਂ ਸੀ ਸਫਾਈ ਮਾੜਾ ਮੋਟਾ ਜਾ ਚੜਾੜਾ ਚੜਾਈ ਕਿੱਤੀ ਸੀਗੇ ਇਸ ਕਰਕੇ ਮੈਂ ਦੁਬਾਰਾ ਡੱਬੇ ਕੱਟੇ ਤੇ ਫੇਰ ਹੁਣ ਆਹ ਅਖਬਾਰ ਬਚਾਈ ਜਾਨੀ आ, पट्टी सुख गई सुखन तो बाद में अखबार बछाई जानी अखबार बछा के फिर मैं इन्होंने डब्बे चिण दूंगी पेल बेड डब्बे चक के चिणी जानी फिर आह छोटे जिम्मे भी मेथ सैट च लगे मैं उ डब्बे चिण दूंगी छोटे बड़े सारे डब्बे साफ करके रखे हुए है ਇਹ ਥੋੜੇ ਥੋੜੇ ਚਰਬਾਦ ਨਾਲ ਰਸੋਈ ਸਾਫ਼ ਕਰਨੀ ਪੈਂਦੀ ਆ ਫਿਰ ਮੇਰਾ ਖਲਾਰਾ ਜ਼ਿਆਦਾ ਪਿਆ ਵਾ ਸੀ ਇਸ ਕਰਕੇ ਮੈਥੋਂ ਕੰਮ ਉਸ ਦਿਨ ਬਹੁਤ ਜ਼ਿਆਦਾ ਸੀ ਸੂਤਨਾ ਆਵੇ ਮੇਰੇ ਮੇਰੀ ਭੈਣ ਆਈ ਵੀ ਸੀ ਮੈਂ ਸਾਗ ਸਮਾਰ ਕੇ ਰੱਖਿਆ ਵਾ ਸੀ ਉਹ ਕਹਿੰਦੀ ਚੱਲ ਮੈਂ ਕੱਟ ਦੇਣੀ ਆ ਸਾਗ ਫਿਰ ਮੇਰੀ ਛੋਟੀ ਭੈਣ ਇਹ ਹੈ ਜਿਹੜੀ ਇਹ ਸਾਗ ਕੱਟੀ ਜਾਂਦੀ ਆ ਫਿਰ ਉਦੋਂ ਬਾਅਦ ਮੇਰੇ ਕੋਲ ਸਾਗ ਨੂੰ ਤੜਕਾ ਲਾਉਣ ਵਾਸਤੇ ਆਦਰਕ ਲਸਣ ਪਿਆਜ਼ ਵਗੈਰਾ ਕੁਝ ਵੀ ਨਹੀਂ ਸੀ ਫਿਰ ਮੈਂ ਬਾਜ਼ਾਰ ਗਈ ਤੇ ਆਹ ਇੰਨੇ ਸਬਜ਼ੀਆਂ ਲੈ ਕੇ ਆਈ ਨਾੜੇ ਕਾ ਕੰਬਲ ਸੀਗਾ ਇਹ ਵੀ ਲੈ ਕੇ ਆਈ ਮੈਂ ਬਜ਼ਾਰੋਂ ਫਿਰ ਆਹ ਅਗਲੇ ਦਿਨ ਦੀ ਵੀਡੀਓ ਆਗਲੇ ਦਿਨ प्रदीप ਮੈਨੂੰ ਕਹਿੰਦਾ ਨਾ ਆਪਾਂ ਮੰਮੀ ਆਲੂ ਵੇਚੀਗੇ ਮੈਂ ਕਿਹਾ ਠੀਕ ਐ ਤੇ ਆਹ ਨਾ ਦੋ ਕਾ ਲੂਗ ਗੇ ਪਏ ਸੀਗੇ ਤੇ ਉਹ ਲਾਤੇ ਫਿਰ ਆਹ ਦੂਜੇ ਥਾਂ ਲੂਗ ਗੇ ਵਈਆ ਇਹ ਵੇਚੀ ਜਾਂਦੀ ਐ ਮੈਂ ਆਲੂ ਬਣੇ ਆ ਕਿ ਨਹੀਂ ਵੇਚ ਮਜ਼ਾਕ ਮਜ਼ਾਕ ਚ ਵੇਚੀ ਜਾਂਦੀ ਸੀ ਤੇ ਦੇ ਤੇ ਇਥੋਂ ਛੋਟੇ ਛੋਟੇ ਆਲੂ ਪਣੇ ਹੋਏ ਆ ਇਹ ਕਈ ਆਲੂ ਉਗ ਖੜੇ ਸੀਗੇ ਉਹ ਅਸੀਂ ਲਾਤੇ ਆਹ ਆਹ ਆ ਸਾਰੇ ਆਹ ਇਹ ਆਲੂ ਹੀ ਆ ਵਿੱਚ ਆਹ ਗਵਾਰ ਪੱਠਾ ਵੀ ਲੱਗਿਆ ਹੋਇਆ ਇਹ ਪਹਿਲਾਂ ਦਾ ਲੱਗਿਆ ਹੋਇਆ ਇਹ ਜਿਵੇਂ ਵੀ ਆਲੂ ਉਗ ਖੜਦੇ ਇਹ ਚੱਕ ਵੀ 베ਜ ਦਿੰਦੇ ਆ ਤੇ ਫਿਰ ਆਹ ਆਲੂਆਂ ਤੇ ੜੜੇ ੜੜੇ ਮਿੱਟੀ ਮੇ ਲਾਤੀ ਹੋਰ ਇਹ ਆਲੂਆਂ ਨੂੰ ਮਿੱਟੀ ਲਾਉਣੀ ਪੈਂਦੀ ਆ ਹਾਂ ਕਰੰਡੀਨਾ ਹੈ ਪੋਲੀ ਪੋਲੀ ਮਿੱਟੀ ਸਾਰੇ ਲਾਉਣੀ ਪੈਂਦੀ ਹੈ ਤੇ ਜਦੋਂ ਕਿ ਮੈਂ ਇੱਕ ਪੇ ਪਾਸੇ ਲਾ ਕੇ हट ਗਈ ਪੇਰ ਮੈਂ ਇਧਰ ਆ ਗਈ ਸੀ ਤਾ ਫਲ ਦੇ ਤਰਖਤ ਲਈ ਇੱਥੇ ਨਾ ਸੀਤਾ ਫਲ ਲੱਗੇ ਹੋਏ ਤਾਂ ਹੈ ਪਰ ਪ੍ਰਦੀਪ ਨੇ ਵੀਡੀਓ ਨਹੀਂ ਬਣਾਈ ਤਾਂ ਦੀ ਨਾ ਮੇਰਾ ਤਾਂ ਹੱਥ ਹੀ ਜਾਂਦਾ ਤੇ ਉੱਚੇ ਸੀਗੇ ਫਿਰ ਮੇਰੇ ਕੋਲੇ ਨਾ ਵਾਵਾ ਪੰਨੀਆਂ ਜਿਹਾ ਇਕੱਠੀਆਂ ਹੋਈਆਂ ਪਈਆਂ ਸੀ ਜੇ ਹੁਣ ਕੂੜੇ 'ਚ ਸਿੱਟ ਗਏ ਤਾਂ ਇਹ ਗਲਦੀਆਂ ਨਹੀਂ ਗਿਆ ਹਨਾ ਤੇ ਜਾਨਵਰ ਖਾਂਦੇ ਐ ਇਹਨਾਂ ਨੂੰ ਇਹ ਕਈ ਵਾਰੀ ਮੈਂ ਪੰਨੀਆਂ ਸਾੜ ਦੇਣੀਆਂ ਹੂੰ ਤਾਂ ਕੂੜੇ ਵਾਲੀ ਗੱਡੀ ਆਉਂਦੀ ਐ ਕੂੜਾ ਵੀ ਬਥੇਰੇ ਉਹ 'ਚ ਪਾ ਲਈਦਾ ਪੰਨੀਆਂ ਜਿਹਾ ਤਾਂ ਇਕੱਠੀਆਂ ਕਰਕੇ ਮੈਂ ਸਾੜ ਦੇਣੀਆਂ ਹਿੰਨੀਆਂ ਕਦੇ ਭਲਾ ਕੂੜੇ 'ਚ ਪਾ ਦੇਵਾਂ ਨਹੀਂ ਤਾਂ ਇਹ ਇੱਧਰ ਉੱਧਰ ਉਡਦੀਆਂ ਫਿਰਦੀਆਂ ਤੇ ਇਹ ਜ਼ਿਆਦਾਤਰ ਸਾੜ ਹੀ ਦੇਣੀਆਂ ਚਾਹੀਦੀਆਂ ਜਿੱਥੇ ਵੀ ਡੇਂਦੀਆਂ ਫਿਰ ਫਸਲ ਵੀ ਨਹੀਂ ਹੁੰਦੀ ਗੂੜਾ ਇਹ ਜਾਂ ਸਾੜ ਦੇਣਾ ਚਾਹੀਦਾ ਪੰਨੀਆਂ ਪੁੰਨੀਆਂ ਜਿਹਾ ਤਾਂ ਹੋ ਵੀ ਬਹੁਤ ਜਾਂਦਾ ਜਿੰਦ ਨਿੱਤ ਦੇ ਆਲੇ ਕੁਛ ਨਾ ਕੁਛ ਲੈ ਕੇ ਆਉਣਾ ਪੈਂਦਾ ਤੇ ਜੋ ਇਹੋ ਜਿਹੀ ਮम्मी ਕਾਹ ਕੇ ਦੀ ਥੈਲੀਆਂ ਚ ਹੀ ਆਉਂਦਾ ਸਮਾਨ ਤਾਂ ਕਰਕੇ ਇਹਨਾਂ ਨੂੰ ਨਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਜਿਹੜੀਆਂ ਜ਼ਰੂਰੀ ਐ ਪੰਨੀਆਂ ਉਹ ਰੱਖਦੀ ਹਿੰਨ